ਅੱਜ ਦਿੜਵੇ ਦੇ ਵਿੱਚ ਪਹੁੰਚੀ ਹੋਈ ਹੈ। ਦਿੜਵਾ ਕਬੱਡੀ ਕੱਪ ਬਹੁਤ ਲੰਮੇ ਸਮੇਂ ਤੋਂ ਇਹ ਕਬੱਡੀ ਕੱਪ ਹੁੰਦਾ ਆ ਰਿਹਾ। ਬੜੇ ਟੌਪ ਦੇ ਪਲੇਅਰ ਇੱਥੇ ਖੇਡ ਗਏ ਨੇ ਇਸ ਦਿੜਵੇ ਦੀ ਧਰਤੀ 'ਤੇ। ਮੇਰੇ ਨਾਲ ਨੇ ਕਰਨ ਘੁਮਾਣ ਜੀ, ਆਓ ਸਭ ਤੋਂ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਘੁਮਾਣ ਸਾਹਿਬ, ਤੁਹਾਡਾ ਸਵਾਗਤ ਹੈ ਟੀਮ ਪੰਜਾਬੀ। ਪਹਿਲਾਂ ਤਾਂ ਟੀਮ ਪੰਜਾਬੀ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਥੈਂਕ ਯੂ ਸੋ ਮੱਚ। ਕਰਨ ਭਾਅ ਜੀ, ਬੜੇ ਲੰਮੇ ਸਮੇਂ ਤੋਂ ਤੁਸੀਂ ਕਬੱਡੀ ਨਾਲ ਜੁੜੇ ਹੋਏ ਹੋ, ਕਬੱਡੀ ਦੇ ਜੇ ਮੈਂ ਕਹਾਂ ਮਹਾਨ ਪ੍ਰਮੋਟਰ, ਬੜੇ ਗ੍ਰੇਟ ਪ੍ਰਮੋਟਰ ਹੋ। ਬੜੇ ਲੰਮੇ ਸਮੇਂ ਤੋਂ ਤੁਸੀਂ ਪਲੇਅਰਾਂ ਨੂੰ ਚੁਣ ਚੁਣ ਕੇ ਕੈਨੇਡਾ ਨੂੰ ਵੀ ਲੈ ਕੇ ਜਾਂਦੇ ਹੋ, ਉੱਥੇ ਵੀ ਕਬੱਡੀ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਸੇਵਾਵਾਂ ਜਿਹੜੀਆਂ ਤੁਹਾਡੇ ਹਿੱਸੇ ਆਉਂਦੀਆਂ, ਤੁਸੀਂ ਨਿਭਾਉਂਦੇ ਆ ਰਹੇ ਹੋ। ਅੱਜ ਜਿਹੜੀ ਕਬੱਡੀ ਦਾ ਸਟੈਂਡਰਡ ਆ, ਲੈਵਲ ਆ, ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ ਜੀ, ਪਹਿਲਾਂ ਤਾਂ ਸਰਦਾਰ ਸੁਰਜਨ ਸਿੰਘ ਜੀ ਚੱਠਾ ਜੋ ਮੇਰੇ ਨਾਲ ਖੜੇ ਨੇ, ਜਿਨ੍ਹਾਂ ਦਾ ਬਹੁਤ ਵੱਡਾ, ਆਪਾਂ ਕਹਿ ਲਈਏ ਜਿੱਦਾਂ ਬਾਬਾ ਬੋੜ ਕਬੱਡੀ ਦਾ ਕਹਿ ਲਈਏ, ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਮੈਂ ਧੰਨਵਾਦ ਵੀ ਕਰਦਾ ਇਹਨਾਂ ਦਾ ਇਸ ਵਾਰ ਜੋ ਫ੍ਰੀ ਡਰੱਗ ਕਬੱਡੀ ਦਾ ਜੋ ਸਾਰਿਆਂ ਨੇ, ਸਾਰੀਆਂ ਫੈਡਰੇਸ਼ਨਾਂ ਨੇ ਰਲ ਕੇ ਇੱਕ ਸੰਕਲਪ ਲਿਆ ਵੀ ਸਾਰੀ ਜਿਹੜੀ ਕਬੱਡੀ ਹੈ ਇਹ ਡਰੱਗ ਫ੍ਰੀ ਹੋਣੀ ਚਾਹੀਦੀ ਹੈ। ਹੁਣ ਇਸ ਸਾਲ ਵੀ ਜਿਵੇਂ ਲੱਕੀ ਜੀ ਤੁਹਾਨੂੰ ਪਤਾ ਹੀ ਹੈ, ਸਾਰੇ ਜਿਹੜੇ ਪਲੇਅਰ ਖੇਡ ਰਹੇ ਨੇ ਨੌਰਥ ਕਬੱਡੀ ਫੈਡਰੇਸ਼ਨ 'ਚ ਚਾਹੇ ਹੋਰ ਵੀ ਫੈਡਰੇਸ਼ਨ ਦੇ ਵਿੱਚ, ਇਸ ਵਾਰੀ ਮੈਂ ਕਹਿੰਦਾ ਪਹਿਲੀ ਵਾਰ ਹੈ ਵੀ ਸਾਰਿਆਂ ਦੇ ਡੋਪ ਟੈਸਟ ਨੇ ਜਿਹੜੇ ਬਹੁਤ ਸਹੀ ਤਰੀਕੇ ਨਾਲ ਹੋ ਰਹੇ ਨੇ। ਕਿਆ ਬਾਤ ਹੈ ਜੀ, ਬਿਲਕੁਲ ਸਹੀ ਗੱਲ ਹੈ ਜੀ, ਡਰੱਗ ਫ੍ਰੀ ਕਬੱਡੀ ਹੋਣੀ ਚਾਹੀਦੀ ਹੈ। ਸੁਰ ਸਿੰਘ ਚੱਠਾ ਸਾਹਿਬ ਸਾਡੇ ਨਾਲ ਨੇ, ਪ੍ਰੈਜ਼ੀਡੈਂਟ ਨੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ। ਬੜੇ ਲੰਮੇ ਸਮੇਂ ਤੋਂ 50 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕਬੱਡੀ ਦੇ ਵਿੱਚ ਲਾਏ ਆ। ਅੱਛਾ ਕਰਨ ਜੀ, ਜਦੋਂ ਆਪਾਂ ਪਿੱਛੇ ਝਾਤੀ ਮਾਰਦੇ ਹਾਂ ਇਸ ਟੂਰਨਾਮੈਂਟ ਦੇ ਵਿੱਚ ਜਿਹੜਾ ਅੱਜ ਕੱਪ ਸ਼ੁਰੂ ਹੋਣ ਜਾ ਰਿਹਾ ਦਿੜਵੇ ਦਾ, ਤੁਹਾਡਾ ਕਬੱਡੀ ਕੱਪ, ਕਾਫੀ ਦੇਰ ਤੋਂ ਤੁਸੀਂ ਇਹ ਕੱਪ ਕਰਵਾਉਂਦੇ ਆ ਰਹੇ ਹੋ, ਮੇਰੇ ਕੋਲ ਕਦੇ ਚਾਂਸ ਨਹੀਂ ਲੱਗਾ, ਮੈਂ ਪਹਿਲੀ ਵਾਰੀ ਆਇਆ ਕਿਉਂਕਿ ਮੈਂ ਉਦੋਂ ਬਾਹਰ ਹੁੰਦਾ ਸੀ ਜਦੋਂ ਤੁਹਾਡਾ ਕੱਪ ਹੋ ਰਿਹਾ ਹੁੰਦਾ ਸੀ। ਸੰਦੀਪ ਕਾਫੀ ਟਾਈਮ ਇੱਥੇ ਖੇਡ ਗਿਆ, ਪਿਛਲੇ ਪਲੇਅਰਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਸੁਪਰਸਟਾਰਾਂ ਬਾਰੇ? ਦੇਖੋ ਜੀ, ਸਾਰੇ ਜਿਹੜੇ ਪੁਰਾਣੇ ਪਲੇਅਰ ਨੇ ਜਿਨ੍ਹਾਂ ਨੂੰ ਮੈਂ ਜਾਣਦਾ ਖੇਡਦੇ ਦੇਖਿਆ, ਜਿੱਦਾਂ ਫਿੱਡੂ ਦੀ, ਬਲਵਿੰਦਰ ਸਿੰਘ ਫਿੱਡੂ ਦੀ ਗੱਲ ਕਰ ਲਈਏ, ਹਰਜੀਤ ਬਾਜੇਖਾਨੇ ਦੀ ਗੱਲ ਕਰ ਲਈਏ ਜੋ ਸਾਡੇ ਵਿੱਚ ਅੱਜ ਕੱਲ੍ਹ ਨਹੀਂ ਰਹੇ, ਮੰਗੀ, ਸੱਭਾ, ਜੋ ਵੀ ਰਾਣਾ ਬੰਝ, ਅਤੇ ਉਦੋਂ ਬਾਅਦ ਜਿਹੜੇ ਅਗਲੀ ਪੀੜ੍ਹੀ ਆ ਗਈ ਜਿਵੇਂ ਸੰਦੀਪ ਲੱਲੀਆਂ ਦਾ ਤੁਸੀਂ ਨੇ ਨਾਂ ਲਿਆ, ਦੁੱਲਾ, ਗੁਰਲਾਲ, ਇਹ ਸਾਰੇ ਪਲੇਅਰ ਨੇ ਜਿਹੜੇ ਜਿੰਨੇ ਵੀ ਪਲੇਅਰ, ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਪਲੇਅਰ ਇਹੋ ਜਿਹਾ ਹੋਵੇ ਜਿਹੜਾ ਇਸ ਟੂਰਨਾਮੈਂਟ ਦੇ ਵਿੱਚ ਨਾ ਖੇਡਿਆ ਹੋਵੇ। ਕੋਈ ਵੀ ਪੁਰਾਣਾ, ਤੁਸੀਂ ਵੀ ਇਸ ਟੂਰਨਾਮੈਂਟ ਦੇ ਵਿੱਚ ਪਹਿਲਾਂ ਖੇਡ ਕੇ ਗਏ ਹੋ, ਅਤੇ ਚਾਹੇ ਤੁਸੀਂ ਕਵਰੇਜ ਕਰਨ ਦਾ ਮੌਕਾ ਤੁਹਾਨੂੰ ਇਸ ਵਾਰ ਪਹਿਲੀ ਵਾਰ ਮਿਲਿਆ, ਸਾਰੇ ਪਲੇਅਰ ਇਸ ਟੂਰਨਾਮੈਂਟ ਦੇ ਵਿੱਚ ਖੇਡ ਕੇ ਗਏ ਨੇ। ਪਲੇਅਰਾਂ ਨੂੰ ਵੀ, ਕਿਉਂਕਿ ਸਭ ਤੋਂ ਵੱਧ ਇਕੱਠ ਹੈ ਜਿਹੜਾ ਉਹ ਦਿੜਵੇ ਦੇ ਟੂਰਨਾਮੈਂਟ 'ਤੇ ਹੁੰਦਾ, ਪਲੇਅਰਾਂ ਨੂੰ ਵੀ ਇਹ ਹੈ ਵੀ ਅਸੀਂ ਇਸ ਟੂਰਨਾਮੈਂਟ ਦੇ ਵਿੱਚ ਜ਼ਰੂਰ ਖੇਡੀਏ। ਅੱਛਾ, ਤੁਸੀਂ ਪਲੇਅਰਾਂ ਦੇ ਨਾਲ ਨਾਲ ਸਪੋਰਟਸ ਦੇ ਨਾਲ ਨਾਲ ਕਲਚਰ ਦਾ ਬੜਾ ਧਿਆਨ ਰੱਖਦੇ ਹੁੰਦੇ ਹੋ, ਕਿਸੇ ਨਾ ਕਿਸੇ ਕਲਾਕਾਰ ਨੂੰ ਜ਼ਰੂਰ ਸੱਦਦੇ ਹੋ, ਅੱਜ ਕਿਹੜੇ ਕਲਾਕਾਰ ਜੀ ਇੱਥੇ ਪਰਫੋਰਮ ਕਰ ਰਹੇ ਨੇ? ਦੇਖੋ ਜੀ, ਅੱਜ ਦਾ ਜਿਹੜਾ ਸਿੱਧੂ ਮੂਸੇਵਾਲਾ ਜਿਹੜਾ ਉਹ ਇੱਥੇ ਪਰਫੋਰਮੈਂਸ ਕਰ ਰਿਹਾ, ਅਤੇ ਕੱਲ੍ਹ ਨੂੰ ਜਿਵੇਂ ਤੁਹਾਨੂੰ ਸਾਰਿਆਂ ਨੂੰ ਹਰ ਸਾਲ ਦੀ ਤਰ੍ਹਾਂ ਜੋ ਸਾਡੇ ਨਾਲ ਇੱਕ ਐਜ ਏ ਕਲੱਬ ਮੈਂਬਰ ਵੀ ਜੁੜਿਆ ਹੋਇਆ ਬੱਬੂ ਮਾਨ ਜੀ, ਕੱਲ੍ਹ ਨੂੰ ਆਪਣਾ ਉਹ ਮਨੋਰੰਜਨ ਕਰਨਗੇ, ਅੱਜ ਆ ਜਿਹੜਾ ਸਿੱਧੂ ਮੂਸੇਵਾਲਾ। ਅੱਛਾ ਕਰਨ ਜੀ, ਜਿਹੜੀਆਂ ਅੱਜ ਟੀਮਾਂ ਖੇਡ ਰਹੀਆਂ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ, ਉਹਨਾਂ ਤੋਂ ਕੀ ਆਸ ਰੱਖਦੇ ਹੋ, ਕਿਹੋ ਜਿਹੀਆਂ ਟੀਮਾਂ ਅੱਜ ਆ ਰਹੀਆਂ ਇੱਥੇ? ਦੇਖੋ ਜੀ, ਇੱਕ ਤਾਂ ਮੈਂ ਧੰਨਵਾਦ ਕਰਦਾ ਚੱਠਾ ਸਾਹਿਬ ਹੋਰਾਂ ਦਾ, ਜਿਨ੍ਹਾਂ ਨੇ ਸਾਰੇ ਪਲੇਅਰ ਚਾਹੇ ਪਾਕਿਸਤਾਨ ਦੇ, ਉਹਨਾਂ ਨੂੰ ਵਿਜੇ ਵੀ ਲੱਗੇ ਸੀ, ਕਿਉਂਕਿ ਜਿਹੜਾ ਸਾਡਾ ਇਰਾਨ ਨਾਲ ਮੈਂ ਵਧੀ ਤਕੜਾ ਮੈਚ ਹੈ ਉਹ 13 ਤਰੀਕ ਨੂੰ ਹੈ ਪਾਕਿਸਤਾਨ। ਉਹ ਪਲੇਅਰ ਨੇ ਜਿਨ੍ਹਾਂ ਦੇ ਵਿਜੇ ਵੀ ਲੱਗੇ ਨੇ ਉਹ ਵੀ ਇਸ ਟੂਰਨਾਮੈਂਟ ਦੇ ਵਿੱਚ ਖੇਡ ਰਹੇ ਨੇ, ਇਹ ਟੂਰਨਾਮੈਂਟ ਖੇਡਣ ਤੋਂ ਬਾਅਦ ਹੀ ਉਹ ਪਾਕਿਸਤਾਨ ਜਾਣਗੇ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਗੱਲ ਦਾ ਵੀ ਚੱਠਾ ਸਾਹਿਬ ਦਾ ਇਹਨਾਂ ਨੇ ਸਾਡੀ ਇੱਕ ਬੇਨਤੀ ਨੂੰ ਮੰਨ ਕੇ, ਜਾਣੀ ਕਿ ਸਾਡਾ ਬੇਨਤੀ ਮੰਨੀ ਹੈ, ਉਹ ਪਲੇਅਰਾਂ ਨੂੰ ਇਹ ਕਿਹਾ ਵੀ 10 ਤਰੀਕ ਤੋਂ ਬਾਅਦ ਤੁਸੀਂ ਜਿਹੜਾ ਚਲੇ ਜਾਓ। ਅੱਛਾ ਕਰਨ ਜੀ, ਤੁਹਾਡਾ ਬੜਾ ਸਹਿਯੋਗ ਰਿਹਾ ਆ ਟੋਰਾਂਟੋ ਕਬੱਡੀ ਫੈਡਰੇਸ਼ਨ ਦੇ ਵਿੱਚ ਵੀ, ਟੋਰਾਂਟੋ ਕਬੱਡੀ ਦੇ ਵਿੱਚ ਵੀ। ਅੱਛਾ, ਅੱਜ ਕੱਲ੍ਹ ਕਿਹੋ ਜਿਹਾ ਦੇਖਦੇ ਹੋ ਟੋਰਾਂਟੋ ਦੇ ਵਿੱਚ ਕਬੱਡੀ, ਇਸ ਸਾਲ ਕੱਪ ਹੋਵੇਗਾ ਲੋਕਲ ਜਿਹੜਾ ਸੀਜ਼ਨ ਹੋਵੇਗਾ ਟੋਰਾਂਟੋ 'ਚ? ਦੇਖੋ ਬਿਲਕੁਲ ਹੋਵੇਗਾ ਜੀ, ਜੇ ਸਾਡੀ ਪਹਿਲਾਂ ਪਿਛਲੇ ਸਾਲ ਇਹੀ ਡਿਮਾਂਡ ਸੀ, ਚੱਠਾ ਸਾਹਿਬ ਵੀ ਇਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਸੀ ਵੀ ਜਿਹੜਾ ਡੋਪ ਹੈ ਜਿਹੜੇ ਪਲੇਅਰ ਨੇ ਤੁਸੀਂ ਇੰਡੀਆ ਤੋਂ ਡੋਪ ਟੈਸਟ ਕਰਕੇ ਪਲੇਅਰ ਆਉਣ ਤਾਂ ਜ਼ਰੂਰ ਹੋਊਗੀ ਇਸ ਵਾਰ, ਕਿਉਂਕਿ ਜਿਹੜੇ ਡੋਪ ਹੈ ਉਹ ਸਹੀ ਤਰੀਕੇ ਨਾਲ ਹੋ ਰਿਹਾ ਤਾਂ ਬਿਲਕੁਲ ਹੋਊਗੀ। ਅੱਛਾ ਕਰਨ ਜੀ, ਹੋਰ ਤੁਹਾਡੇ ਦੇਖਣ ਵਾਲੇ ਚਾਹੁਣ ਵਾਲਿਆਂ ਨੂੰ ਕੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਬਾਜੀ, ਸਾਰੇ ਦਰਸ਼ਕਾਂ ਦਾ ਮੈਂ ਧੰਨਵਾਦ ਕਰਦਾ, ਅਤੇ ਮੇਰੇ NRI ਭਰਾਵਾਂ ਦਾ ਜਿਹੜੇ ਸਾਨੂੰ ਸਹਿਯੋਗ ਦਿੰਦੇ ਨੇ ਉਹਨਾਂ ਦਾ ਧੰਨਵਾਦ, ਅਤੇ ਸਾਡੇ ਨਗਰ ਦੇ ਜੋ ਬੰਦੇ ਜੋ ਵੀ ਇਸ ਟੂਰਨਾਮੈਂਟ ਵਿੱਚ ਸਹਿਯੋਗ ਕਰਦੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ, ਅਤੇ ਖਾਸ ਕਰਕੇ ਦਰਸ਼ਕਾਂ ਦਾ ਜਿਹੜੇ ਇਹ ਸਾਰਾ ਕੁਝ ਅਸੀਂ ਇਸ ਦਰਸ਼ਕਾਂ ਲਈ ਉਹ ਕਰਦੇ ਹਾਂ, ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹਨੂੰ ਪਿਆਰ ਨਾਲ ਦੇਖਣ ਸਾਰੇ ਪਲੇਅਰਾਂ ਦਾ ਜਿਹੜੇ ਇੱਥੇ ਪਹੁੰਚਣਗੇ, ਜਿਹੜੇ ਨਹੀਂ ਵੀ ਪਹੁੰਚਣਗੇ ਸਾਰਿਆਂ ਦਾ, ਉਹਨਾਂ ਦਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਥੈਂਕ ਯੂ ਸੋ ਮਚ ਜੀ, ਟੀਮ ਪੰਜਾਬੀ ਵੱਲੋਂ ਕਰਨ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ।